ਸਤਿ ਸ਼੍ਰੀ ਅਕਾਲ ਮੈਂ ਅਮਰਿੰਦਰ ਕੌਰ ਸੰਧੂ ਸਵਾਗਤ ਕਰਦੀ ਹਾਂ ਤੁਹਾਡਾ ਸਾਡੇ ਚੈਨਲ ਸਪਤ ਸਿੰਧੂ ਤੇ ਪੱਟ ਬ੍ਰਾਹਮਣ ਘਰਾਣੇ ਤੇ ਛਿੱਬਰ ਘਰਾਣੇ ਦੀ ਮਹਾਨ ਸ਼ਹਾਦਤ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਅੱਜ ਅਸੀਂ ਗੱਲ ਕਰਾਂਗੇ ਦੱਤ ਬ੍ਰਾਹਮਣ ਘਰਾਣੇ ਤੇ ਭਾਈ ਸਿੰਘਾਂ ਦੇ ਪੁਰੋਹਿਤ ਘਰਾਣੇ ਦੇ ਬ੍ਰਾਹਮਣ ਸਿੱਖ ਸ਼ਹੀਦਾਂ ਬਾਰੇ ਸ਼ੁਰੂਆਤ ਕਰਦੇ ਹਾਂ ਦੱਤ ਬ੍ਰਾਹਮਣ ਘਰਾਣੇ ਨਾਲ ਦੱਤ ਬ੍ਰਾਹਮਣ ਘਰਾਣੇ ਦਾ ਸਿੱਖ ਇਤਿਹਾਸ ਨਾਲ ਗਹਿਰਾ ਸੰਬੰਧ ਰਿਹਾ ਹੈ ਦੱਤ ਬ੍ਰਾਹਮਣ ਘਰਾਣਾ ਸਭ ਤੋਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿੱਚ ਆਇਆ ਸੀ ਜਦੋਂ ਗੁਰੂ ਨਾਨਕ ਦੇਵ ਜੀ ਕਸ਼ਮੀਰ ਯਾਤਰਾ ਕੀਤੀ ਤਾਂ ਉਹ ਉੱਥੇ 12 ਦਿਨ ਰੁਕੇ ਸੀ ਉਸ ਸਮੇਂ ਕਸ਼ਮੀਰ ਦੇ ਮਟਨ ਇਲਾਕੇ ਵਿੱਚ ਸੰਸਕ੍ਰਿਤ ਦਾ ਇੱਕ ਵਿਗਿਆਨਵਾਨ ਪੰਡਿਤ ਰਹਿੰਦਾ ਸੀ ਜੋ ਵੇਦਾਂ ਪੁਰਾਣਾਂ ਦਾ ਵੱਡਾ ਗਿਆਤਾ ਸੀ ਉਹ ਜਿੱਥੇ ਵੀ ਜਾਂਦਾ ਉੱਥੋਂ ਦੇ ਪੰਡਿਤਾਂ ਨਾਲ ਸਵਾਲ ਜਵਾਬ ਕਰਦਾ ਅਤੇ ਅਕਸਰ ਪੰਡਿਤਾਂ ਨੂੰ ਹਰਾ ਦਿੰਦਾ ਹਰਾਉਣ ਤੋਂ ਬਾਅਦ ਪੰਡਿਤਾਂ ਕੋਲੋਂ ਉਹਨਾਂ ਦੇ ਗ੍ਰੰਥ ਖੋਹ ਲੈਂਦਾ ਉਸ ਨੂੰ ਆਪਣੇ ਗਿਆਨ 'ਤੇ ਬਹੁਤ ਹੰਕਾਰ ਸੀ ਉਸ ਕੋਲ ਦੋ ਊਠ ਸੀ ਜੋ ਕਿਤਾਬਾਂ ਨਾਲ ਲੱਦੇ ਰਹਿੰਦੇ ਸੀ ਉਹ ਜਿੱਥੇ ਵੀ ਜਾਂਦਾ ਦੋਨੋਂ ਊਠਾਂ ਨੂੰ ਨਾਲ ਹੀ ਰੱਖਦਾ ਸੀ ਉਹਨੇ ਗਲੇ ਵਿੱਚ ਸਾਲਗ੍ਰਾਮ ਪਾਈ ਹੁੰਦੀ ਸੀ ਅਤੇ ਉਹਦੇ 12 ਅੰਗਾਂ 'ਤੇ ਤਿਲਕ ਲਗਾਏ ਹੁੰਦੇ ਸੀ ਗੁਰੂ ਸਾਹਿਬ ਦਾ ਕਸ਼ਮੀਰ ਆਉਣਾ ਸੁਣ ਕੇ ਉਹ ਪੰਡਿਤ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਇਆ ਉਸਨੇ ਗੁਰੂ ਸਾਹਿਬ ਨਾਲ ਬੜੇ ਤਕਨੀਕ ਭਰੇ ਸਵਾਲ ਜਵਾਬ ਸਾਂਝੇ ਕੀਤੇ ਗੁਰੂ ਸਾਹਿਬ ਨੇ ਉਸਦੇ ਸਾਰੇ ਸਵਾਲਾਂ ਦਾ ਧੀਰਤ ਸਹਿਤ ਜਵਾਬ ਦਿੱਤਾ ਅਤੇ ਗੁਰੂ ਸਾਹਿਬ ਦੀ ਵਿਵੇਕ ਬੁੱਧੀ ਸਾਹਮਣੇ ਉਹ ਆਪਣੇ ਇਲਮ ਦਾ ਅਸਰ ਦਿਖਾਉਣ ਵਿੱਚ ਅਸਫਲ ਰਿਹਾ ਇਸ ਤੋਂ ਬਾਅਦ ਉਹ ਗੁਰੂ ਸਾਹਿਬ ਦੇ ਚਰਨੀ ਪੈ ਗਿਆ ਅਤੇ ਅਕਾਲ ਪੁਰਖ ਦਾ ਉਪਾਸ਼ਕ ਹੋ ਗਿਆ ਉਹਨਾਂ ਦੀ ਗਿਆਨ ਬੁੱਧੀ ਵੇਖ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਕਸ਼ਮੀਰ ਦੇ ਇਲਾਕੇ ਦੀ ਮੰਜੀ ਬਖਸ਼ੀ ਅਤੇ ਫਿਰ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕੁਝ ਇਤਿਹਾਸਕਾਰਾਂ ਨੇ ਉਸ ਦਾ ਨਾਮ ਪੰਡਿਤ ਬ੍ਰਹਮਦੱਤ ਦੱਸਿਆ ਹੈ ਅਤੇ ਕੁਝ ਨੇ ਬ੍ਰਹਮਦਾਸ ਇਸ ਨਾਲ ਜੁੜੀ ਇੱਕ ਹੋਰ ਇਤਿਹਾਸਿਕ ਕਥਾ ਇਸ ਤਰ੍ਹਾਂ ਹੈ ਕਿ ਗੁਰੂ ਨਾਨਕ ਸਾਹਿਬ ਜਦ ਕਸ਼ਮੀਰ ਅਤੇ ਕੈਲਾਸ਼ ਪਰਬਤ ਵੱਲ ਗਏ ਤਾਂ ਉਹ ਕਸ਼ਮੀਰ ਦੇ ਇੱਕ ਕਸਬੇ ਬੀਜ ਬਿਹਾੜੇ ਗਏ ਅਤੇ ਉੱਥੇ ਉਹਨਾਂ ਦਾ ਪੰਡਿਤ ਬ੍ਰਹਮਦਾਸ ਨਾਲ ਮਿਲਾਪ ਹੋਇਆ ਗੁਰੂ ਸਾਹਿਬ ਬਰਫਾਨੀ ਰਸਤਿਆਂ ਰਾਹੀਂ ਪ੍ਰਸਿੱਧ ਤੀਰਥ ਯਾਤਰਾ ਅਮਰਨਾਥ ਗਏ ਅਤੇ ਫਿਰ ਉੱਥੋਂ ਪਹਿਲਗਾਮ ਹੁੰਦੇ ਹੋਏ ਮਟਨ ਨਗਰ ਵਿੱਚ ਪਹੁੰਚੇ ਮਟਨ ਨਗਰ ਮਾਰਤੰਡ ਖੰਡਰਾਂ ਅਤੇ ਜੁੜਵੇ ਚਸ਼ਮਿਆਂ ਕਰਕੇ ਮਕਬੂਲ ਸੀ ਇੱਥੇ ਮਟਨ ਨਗਰ ਵਿੱਚ ਪੰਡਿਤ ਬ੍ਰਹਮਦਾਸ ਅਤੇ ਕਮਾਲ ਖਾਨ ਨੇ ਆ ਕੇ ਗੁਰੂ ਸਾਹਿਬ ਜੀ ਨਾਲ ਮੁਲਾਕਾਤ ਕੀਤੀ ਅਤੇ ਧਾਰਮਿਕ ਵਿਚਾਰਾਂ ਸਾਂਝੀਆਂ ਕੀਤੀਆਂ ਬ੍ਰਹਮਦਾਸ ਜੋ ਭਾਈ ਅਰੂ ਰਾਮ ਦਾ ਦਾਦਾ ਸੀ ਗੁਰੂ ਸਾਹਿਬ ਨੇ ਉਹਨਾਂ ਨੂੰ ਮੰਜੀ ਬਖਸ਼ੀ ਬ੍ਰਹਮਦਾਸ ਦੀ ਬੇਨਤੀ 'ਤੇ ਗੁਰੂ ਸਾਹਿਬ ਉਸਦੇ ਘਰ ਬੀਜ ਬਿਹਾੜੇ ਵੀ ਗਏ ਅਤੇ ਕੁਝ ਦਿਨ ਉੱਥੇ ਠਹਿਰੇ ਵੀ ਉੱਥੋਂ ਅੱਗੇ ਗੁਰੂ ਸਾਹਿਬ ਅਨੰਤਨਾਗ ਚਲੇ ਗਏ ਮਟਨ ਵਿੱਚ ਗੁਰੂ ਸਾਹਿਬ ਦੇ ਨਾਂ 'ਤੇ ਇਤਿਹਾਸਿਕ ਗੁਰਦੁਆਰਾ ਵੀ ਮੌਜੂਦ ਹੈ ਸਿੱਖ ਸਰੋਤਾਂ ਅਨੁਸਾਰ ਇਸ ਤੋਂ ਬਾਅਦ ਦੱਤ ਘਰਾਣੇ ਦੀ ਮੁਲਾਕਾਤ ਹੋਈ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਨਾਲ ਜਦ ਗੁਰੂ ਸਾਹਿਬ ਜੀ ਕਸ਼ਮੀਰ ਗਏ ਸੀ ਤਾਂ ਉਹਨਾਂ ਦੀ ਮੁਲਾਕਾਤ ਭਾਈ ਕਿਰਪਾ ਰਾਮ ਜੀ ਦੇ ਦਾਦੇ ਭਾਈ ਨਰਾਇਣ ਦਾਸ ਜੀ ਨਾਲ ਹੋਈ ਦੱਸੀ ਜਾਂਦੀ ਹੈ ਸਰੋਤਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਦੱਤ ਘਰਾਣੇ ਦਾ ਛਿੱਬਰ ਘਰਾਣੇ ਨਾਲ ਬੜਾ ਗਹਿਰਾ ਰਿਸ਼ਤਾ ਸੀ ਭਾਈ ਕਿਰਪਾ ਰਾਮ ਦੱਤ ਦੀ ਮਾਂ ਸਰਸਵਤੀ ਛਿੱਬਰ ਘਰਾਣੇ ਦੇ ਵੱਡੇ ਵਡੇਰੇ ਗੌਤਮ ਛਿੱਬਰ ਦੀ ਪੁੱਤਰੀ ਸੀ ਜਿਵੇਂ ਕਿ ਅਸੀਂ ਛਿੱਬਰ ਘਰਾਣੇ ਦੇ ਇਤਿਹਾਸ ਬਾਰੇ ਪਹਿਲਾਂ ਹੀ ਜਾਣ ਚੁੱਕੇ ਹਾਂ ਭਾਈ ਪਰਾਗਾ ਜੀ ਅਤੇ ਭਾਈ ਪੈੜਾ ਜੀ ਜੋ ਗੁਰੂ ਹਰਗੋਬਿੰਦ ਸਾਹਿਬ ਵੇਲੇ ਵੱਖ ਵੱਖ ਜੰਗਾਂ ਵਿੱਚ ਸ਼ਹੀਦ ਹੋਏ ਉਹ ਮਾਤਾ ਸਰਸਵਤੀ ਦੇ ਹੀ ਸਕੇ ਭਾਈ ਸਨ ਦੱਤ ਘਰਾਣੇ ਦੇ ਕੁਰਸੀਨਾਮੇ ਤੋਂ ਪਤਾ ਲੱਗਦਾ ਹੈ ਕਿ ਇਸ ਘਰਾਣੇ ਦਾ ਵੱਡਾ ਵਡੇਰਾ ਠਾਕੁਰ ਦਾਸ ਸੀ ਜੋ ਮੁੰਜਾਲ ਦੱਤ ਬ੍ਰਾਹਮਣ ਸੀ ਭਾਈ ਠਾਕੁਰ ਦਾਸ ਭਾਈ ਕਿਰਪਾ ਰਾਮ ਦੇ ਪਿਓ ਅੜੂ ਰਾਮ ਦਾ ਪੜਦਾਦਾ ਸੀ ਜੋ ਕਸ਼ਮੀਰ ਦੇ ਇੱਕ ਕਸਬੇ ਮਟਨ ਦਾ ਵਸਨੀਕ ਸੀ ਭਾਈ ਕਿਰਪਾ ਰਾਮ ਦੇ ਤਿੰਨ ਹੋਰ ਭਰਾ ਸਨ ਸਨਮੁਖ ਦਾਸ ਸ਼ਿਵਦਾਸ ਅਤੇ ਚੇਲਾ ਰਾਮ ਛੇਵੇਂ ਪਾਤਸ਼ਾਹ ਤੋਂ ਬਾਅਦ ਸੱਤਵੇਂ ਪਾਤਸ਼ਾਹ ਗੁਰੂ ਹਰ ਰਾਏ ਜੀ ਜਦ ਸਿੱਖੀ ਪ੍ਰਚਾਰ ਲਈ ਕਸ਼ਮੀਰ ਗਏ ਤਾਂ ਉਹ ਭਾਈ ਕਿਰਪਾ ਰਾਮ ਦੇ ਪਿਤਾ ਅੜੂ ਰਾਮ ਨੂੰ ਮਿਲੇ ਅਤੇ ਉਹਨਾਂ ਦੇ ਘਰ ਹੀ ਵਿਸ਼ਰਾਮ ਕੀਤਾ ਇਸ ਤੋਂ ਬਾਅਦ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਜਦ ਗੁਰੂ ਹਰ ਰਾਏ ਸਾਹਿਬ ਜੀ ਨੂੰ ਦਿੱਲੀ ਦਰਬਾਰ ਬੁਲਾਇਆ ਤਾਂ ਉਹਨਾਂ ਨੇ ਖੁਦ ਬਾਦਸ਼ਾਹ ਦੇ ਸਨਮੁਖ ਪੇਸ਼ ਹੋਣ ਦੀ ਬਜਾਏ ਆਪਣੇ ਵੱਡੇ ਸਪੁੱਤਰ ਰਾਮ ਰਾਏ ਨੂੰ ਭੇਜਿਆ ਉਸ ਵੇਲੇ ਰਾਮ ਰਾਏ ਨਾਲ ਜੋ ਸਿੱਖ ਭੇਜੇ ਗਏ ਉਹਨਾਂ ਵਿੱਚ ਅੜੂ ਰਾਮ ਦੱਤ ਜੀ ਵੀ ਸ਼ਾਮਿਲ ਸੀ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਦੱਤ ਪਰਿਵਾਰ ਦੇ ਗੁਰੂ ਘਰ ਨਾਲ ਭਾਈ ਕਿਰਪਾ ਰਾਮ ਤੋਂ ਪਹਿਲਾਂ ਦੇ ਵੀ ਬਹੁਤ ਗਹਿਰੇ ਸੰਬੰਧ ਸੀ ਅੜੂ ਰਾਮ ਬਾਰੇ ਇਹ ਧਾਰਨਾ ਹੈ ਕਿ ਉਹ ਅਕਸਰ ਗੁਰੂ ਸਾਹਿਬ ਦੀ ਸੇਵਾ ਲਈ ਕੀਰਤਪੁਰ ਆਇਆ ਕਰਦੇ ਸੀ ਜਦ ਗੁਰੂ ਹਰ ਰਾਏ ਜੀ ਜੋਤੀ ਜੋਤ ਸਮਾਏ ਉਸ ਵੇਲੇ ਵੀ ਭਾਈ ਅੜੂ ਰਾਮ ਉੱਥੇ ਹਾਜ਼ਰ ਸੀ
उस वेले राम राय जी जो दिल्ली विच मुगल दरबार नाल व्यवस्था सन उन्हां कोल गुरु हर राय साहिब जी दे परलोक सिधारण की खबर पहुँचाउण लई जो सिख भेजे गए उन्हां विच पंडित अड़ू राम जी भी शामिल सन। इस सब दे नाल नाल सिख इतिहास विच दत्त ब्राह्मण घराने का बहुत ही अहम योगदान रहा है। इस घराने के तीन ब्राह्मण सिख भाई कृपा राम, भाई सनमुख ते भाई अड़ू राम चमकौर साहिब की जंग विच शहीद होए से। ये तीनों शहीद दसवें पातशाह वालों अमृत छके सिंह बने से। अमृत छकाउण वेले अड़ू राम दत्त ने अपने दो पुत्रां भाई कृपा राम ते भाई सनमुख सहित गुरु साहिब हथों खंडे की पौल लई सी ते सिंह सजे सी। अमृत पौल लैन तो बाद अड़ू राम दत्त का नाम गुरमुख सिंह हो गया सी। कृपा राम ब्राह्मण भाई कृपा सिंह ते सनमुख भाई सनमुख सिंह हो गए सी। दत्त ब्राह्मण घराने के गुरु साहिब नाल संबंध ते अड़ू राम जी बारे गल करन तो बाद अगे गल करते हाँ भाई कृपा राम जी बारे। भाई कृपा राम जी की माता जिसका नाँ सुरस्वती सी जो छिबर घराने चो सी। सन 1674 ईस्वी विच मुगल बादशाह औरंगजेब ने पूरे हिंदुस्तान नूं इस्लामी सराह विच लियाउण लई शाही हुकम जारी किया ते हिंदुआं नूं मुसलमान बनाउण लई जबरदस्त जुलम टाउण लग गया। उसने सब तो पहला कश्मीर खिते नूं चुनिया। कश्मीर उस वेले भारतीय संस्कृति विद्वानों का मुख केंद्र सी। कश्मीर का सूबेदार शेर अफगान खान सी। शाही हुकम की तामील हुई तो कश्मीरी पंडितों को बहुत तंग किया जान लग गया। मंदिर ढाए गए, देवी देवतियां दी मूर्तियां पा दित्तियां गईयां। हिंदू समाज के लोग डर दे मारे मुसलमान बनन लग गए। ब्राह्मणा ते पट्टां दे कुछ हिस्से ने इस्लाम धारण कर लिया सी। पंडितों ने सब तो पहला सोचा कि धर्म बचाने लई राजपूतों तो सहयोग लिया जाए ते उन्होंने मुगलों नाल गहरे संबंध स्थापित कर लए सी। उस वेले उन्हां पंडितों विच एक कृपा राम दत्त मुहयाल ब्राह्मण सी जो बहुत ही धर्मी पुरुष सी। फारसी ते संस्कृत दा वड्डा विद्वान सी। ओ भली प्रकार जानदा सी कि इस वेले रूहानियत दे पूंज श्री गुरु नानक देव जी साहिब दी गद्दी ते श्री गुरु तेग बहादुर जी आनंदपुर विराजमान ने। ओ पंडितों की सहायता कर सकते ने। इतिहासिक सिख स्रोतों तो पता लगता है कि कृपा राम श्री गुरु साहिब कोलों पहला काफ़ी समा रह भी चुके सी। उन्होंने दूजे ब्राह्मणा नूं जद गुरु साहिब दी भारी अजमत बारे दस्या तां गुरु साहिब कोल जाण लई सारे ब्राह्मणा दी सहमति हो गई। फिर कृपा राम जी दी अगवाई हेठ 16 विद्वान कश्मीरी पंडित गुरु साहिब कोल आनंदपुर चले गए। इतिहासिक स्रोतों तो यह भी पता लगता है कि बाल गोबिंद जी जब पटना साहिब विच सी तां उत्थे भी कृपा राम गुरु परिवार दे कोल सी। गुरु तेग बहादुर जी जब बकाला विच निवास कर रहे सी उदों भी कृपा राम उन्हां दे दर्शन दीदार करन लई उत्थे आउंदे रहिंदे सी। भाई कृपा राम जी गुरु गोबिंद सिंह जी दे दरबारां विच हमेशा उन्हां दे सहयोगी बने रहे। चंगे विद्वान होने करके वह गुरु गोबिंद साहिब जी दे बालपन विच अध्यापक भी रहे। चमकौर साहिब दी जंग विच शहीद होने वाले शहीद मुक्तियां विच भाई कृपा सिंह जी भी शामिल सी। भट्ट वही मुल्तानी इसकी पुष्टि इस तरह करती है। जुझार सिंह बेटा गुरु गोबिंद सिंह महल दसवीं का सनमत 1762 पोख मासे सुदी तीज वीरवार के दिन पाही अनेक सिंह बेटा मनी सिंह का अजब सिंह बेटा मनी सिंह का अजायब चमकौर सिंह की जंग विच भाई कृपा सिंह ने शहीदी पाई।